ਤੋਂ ਪਹਿਲਾਂ ਤਾਂ ਮੈਂ ਆਪਣੇ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ 'ਚ ਵਿਸ਼ਵਾਸ ਦਵਾਇਆ, ਟਿਕਟ ਦਿੱਤੀ। ਸੋ ਸਾਡੇ ਕੋਲ ਜਿਸ ਤਰ੍ਹਾਂ ਸਮਾਂ ਬੜਾ ਘੱਟ ਹੈਗਾ, ਅਸੀਂ ਬਿਲਕੁਲ ਤਾਦਾਦ ਕਰਕੇ ਸਾਰੇ ਆਪਣੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਇਕੱਠੇ ਕਰਕੇ ਕੰਪੇਨ ਸਟਾਰਟ ਕੀਤੀ ਹੈ ਕਿ ਅਸੀਂ ਪੂਰੀ ਮੁਨਬੱਦੀ ਦੇ ਨਾਲ ਸਾਰੇ ਪਿੰਡਾਂ 'ਚ, ਸਾਰੇ ਸ਼ਹਿਰ ਸਮਾਣੇ ਦੇ ਵਿੱਚੋਂ ਸ਼ੁਰੂ ਕਰਦਾ ਹੈਗਾ। ਅਸੀਂ ਪੂਰੀ, ਸਾਨੂੰ ਉਮੀਦ ਹੈ, ਬਹੁਤ ਵੱਡਾ ਹੁੰਗਾਰਾ, ਬਹੁਤ ਵੱਡਾ ਜੋਸ਼ ਹੈ ਲੋਕਾਂ ਦੇ ਵਿੱਚ। ਅਤੇ ਅੱਜ ਜਿਹੜੇ ਸਮਾਣੇ ਦੇ ਲੋਕ ਆ, ਇਹ ਸਰਕਾਰ ਦੇ ਕੰਮਕਾਜ ਤੋਂ, ਇਸ ਤੋਂ ਜਿਹੜਾ ਪਿਛਲਾ ਸਾਡਾ ਸੰਤਾਪ ਲੋਕ ਸਾਨੂੰ ਤੋਂ 10 ਸਾਲ ਦਾ ਹੋ ਗਿਆ, ਉਸ ਤੋਂ ਖਹਿੜਾ ਛਡਾਉਣ ਦੇ ਮੂਡ 'ਚ ਨੇ, ਤਬਦੀਲੀ ਦੇ ਮੂਡ 'ਚ ਨੇ। ਲੋਕ ਚਾਹੁੰਦੇ ਬਦਲਾਵ ਆਵੇ, ਅਤੇ ਬਿਲਕੁਲ ਸਾਫ ਨਜ਼ਰ ਆ ਰਿਹਾ ਕਿ ਆਉਣ ਵਾਲੀ ਸਰਕਾਰ ਕਾਂਗਰਸ ਦੀ ਬਣਨੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ। ਸਰ, ਤੁਹਾਡਾ ਮੁਕਾਬਲਾ ਜਿਹੜਾ ਹੈਗਾ ਅਕਾਲੀ ਦਲ ਦੇ ਲੀਡਰ ਅਤੇ ਕੈਬਨਿਟ ਉਹਨਾਂ ਦਾ ਕਹਿਣਾ ਕਿ ਉਹਨਾਂ ਨੇ ਸਮਾਣੇ ਵਿੱਚ ਇੰਨਾ ਕੁ ਵਿਕਾਸ ਕਰਾਇਆ ਕਿ ਸ਼ਾਇਦ ਹੀ ਕਿਤੇ ਪੂਰੇ ਪੰਜਾਬ 'ਚ ਕਿਸੇ ਹਲਕੇ ਦੇ ਵਿੱਚ ਹੋਇਆ ਹੋਵੇ। ਦੇਖੋ, ਸਾਨੂੰ ਤਾਂ ਕਿਤੇ ਵਿਕਾਸ ਨਜ਼ਰ ਨਹੀਂ ਆਇਆ ਅੱਜ ਤਾਂ। ਮੈਂ ਤਾਂ 1.5 ਸਾਲ ਪਿੰਡ ਪਿੰਡ, ਸ਼ਹਿਰ ਸ਼ਹਿਰ, ਗਲੀ ਗਲੀ ਤੁਰਿਆ ਫਿਰ ਰਿਹਾ, ਸਾਨੂੰ ਤਾਂ ਕੋਈ ਵਿਕਾਸ ਨਜ਼ਰ ਨਹੀਂ ਆ ਰਿਹਾ। ਇੱਕੋ ਚੀਜ਼ ਦਾ ਵਿਕਾਸ ਹੋਇਆ ਕਿ ਪਰਚੇ ਬਹੁਤ ਵੱਡੇ ਪੱਧਰ ਦੇ ਚੁੱਕੇ ਆ, ਬਹੁਤ ਵੱਡਾ ਜ਼ੋਰ ਜ਼ਬਰਦਸਤੀ ਦੀ ਇੱਥੇ ਰਾਜਨੀਤੀ ਹੈ, ਧੱਕੇ ਦੀ ਰਾਜਨੀਤੀ ਹੈ, ਬਹੁਤ ਵੱਡਾ ਪ੍ਰੈਸ਼ਰ ਪੁਲਿਸ ਦੇ ਰਾਹੀਂ ਇੱਥੇ ਰਾਜਨੀਤੀ ਕੀਤੀ ਗਈ ਹੈ। ਪਰਚਿਆਂ ਦਾ ਵਿਕਾਸ ਹੋਇਆ, ਲੋਕ ਤਾਂ ਬਹੁਤ ਤਿਆਰ ਬੈਠੇ ਆ ਸਮਾਣੇ ਦੇ ਹਿਸਾਬ, ਆਪਣਾ ਹਿਸਾਬ ਕਿਤਾਬ ਕਰਨ ਵਾਸਤੇ, ਅਤੇ ਸਾਨੂੰ ਤਾਂ ਕਿਤੇ ਵਿਕਾਸ ਨਹੀਂ ਮਿਲਿਆ। ਤੁਹਾਨੂੰ ਟਿਕਟ ਮਿਲ ਗਈ ਹੈ, ਤੁਹਾਡੇ ਫਾਦਰ ਸਾਹਿਬ ਵੀ ਸਨੋਰ ਤੋਂ ਟਿਕਟ ਦੇ ਚਾਹਵਾਨ ਹੈਗੇ, ਲੇਕਿਨ ਕਾਂਗਰਸ ਦੀ ਇੱਕ ਪਰਿਵਾਰ 'ਚ ਇੱਕ ਟਿਕਟ ਦੇਣ ਦੀ ਜਿਹੜੀ ਹੈਗੀ ਹੈ ਮੁਹਿੰਮ ਸੀ, ਤੁਸੀਂ ਕੀ ਸਮਝੋ ਕਿ ਸਨੋਰ ਦੇ ਵਿੱਚ ਕੀ ਲਾਲ ਸਿੰਘ ਨੂੰ ਦੁਬਾਰਾ ਤੋਂ ਟਿਕਟ ਮਿਲੇਗੀ? ਅਸੀਂ ਬਿਲਕੁਲ ਹਾਈ ਕਮਾਂਡ 'ਚ ਛੱਡਿਆ ਹੋਇਆ, ਅਸੀਂ ਤਾਂ ਬਿਲਕੁਲ ਡਿਸਿਪਲਿਨ 'ਚ ਰਹਿ ਕੇ, ਮੇਰੇ ਪਿਤਾ ਜੀ ਨੇ, ਸਾਡੇ ਪਰਿਵਾਰ ਨੇ, ਅਤੇ ਅਸੀਂ ਪੋਲਿਟਿਕਸ ਕੀਤੀ ਹੈ। ਅਸੀਂ ਬਿਲਕੁਲ ਹਾਈ ਕਮਾਂਡ ਦਾ ਅਸੀਂ ਧੰਨਵਾਦ ਕਰਦੇ ਹਾਂ, ਉਹਨਾਂ ਨੇ ਮੈਨੂੰ ਸਮਾਣੇ ਤੋਂ ਟਿਕਟ ਦਿੱਤੀ ਹੈ। ਜਿਸ ਤਰ੍ਹਾਂ ਦਾ ਜੋ ਵੀ ਫੈਸਲਾ ਹਾਈ ਕਮਾਂਡ ਕਰੂਗਾ, ਸਾਨੂੰ ਐਕਸੈਪਟ ਹੋਇਆ। ਕਿਤੇ ਨਾ ਕਿਤੇ ਮੀਡੀਆ 'ਚ ਇਹ ਵੀ ਚੱਲ ਰਿਹਾ ਹੈਗਾ ਕਿ ਲਾਲ ਸਿੰਘ ਨੇ ਜਿਹੜੀ ਹੈਗੀ ਆਪਣੀ ਕੁਰਬਾਨੀ ਦੇ ਕੇ ਆਪਣੇ ਬੇਟੇ ਨੂੰ ਇਸ ਵਾਰੀ ਜਿਹੜਾ ਹੈਗਾ ਚੋਣ ਮੈਦਾਨ 'ਚ ਉਤਾਰਿਆ। ਨਹੀਂ, ਕੋਈ ਕੁਰਬਾਨੀ ਤਾਂ ਬਿਲਕੁਲ ਹੈ ਹੀ ਹੈ ਜੀ, ਉਹਨਾਂ ਦੀ ਬਹੁਤ ਵੱਡੀ ਸਰਵਿਸ ਹੈ ਕਾਂਗਰਸ ਪਾਰਟੀ ਵਾਸਤੇ। ਜਿੱਥੇ ਤੱਕ ਮੇਰੀ ਗੱਲ ਹੈ, ਜੇ ਮੈਂ ਤੁਹਾਨੂੰ ਆਪਣੇ ਬਾਰੇ ਦੱਸਾਂ, ਮੈਂ 20 ਸਾਲ ਦਾ ਸੀ ਜਦੋਂ ਮੈਂ NSCP ਪੰਜਾਬ ਦਾ ਜਨਰਲ ਸੈਕਟਰੀ ਸੀਗਾ, ਅਤੇ ਮੇਰਾ ਤਾਂ ਜਨਮ ਹੀ ਕਾਂਗਰਸ ਪਾਰਟੀ 'ਚ ਹੋਇਆ, ਮੈਂ ਤਾਂ ਜੰਮਿਆ ਕਾਂਗਰਸ ਪਾਰਟੀ 'ਚ ਵੀ। ਮੈਂ ਮਹਾਰਾਣੀ ਪੁਨੀਤ ਕੌਰ ਜੀ ਦੀਆਂ, ਸਰਦਾਰ ਲਾਲ ਸਿੰਘ ਉਹਨਾਂ ਦੀਆਂ ਇਲੈਕਸ਼ਨਾਂ ਮੈਂ ਲੜੀਆਂ।